ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸ੍ਰੋਤਿਆਂ ਨੂੰ ਜੀ ਆਇਆਂ ਨੂੰ ਹੁਣੇ-ਹੁਣੇ ਨਵਜੋਤ ਸਿੰਧੂ ਸਬਾਰੇ ਆਈ ਵੱਡੀ ਮਾੜੀ ਖਬਰ ਹਾਰਪਾਸੇ ਹੋਈ ਚਰਚਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਜਾਤੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਵੀ ਕਰ ਸਕਦੇ ਹਾਂ ਸੂਬੇ ਦੇ ਵਿੱਚ ਇਸ ਸਮੇਂ ਬਿਜਲੀ ਕੱਟਾ ਕਾਰਨ ਬਿਹਾਲ ਹਨ ਉਥੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਕਪਤਨ ਸਰਕਾਰ ਨੂੰ ਘੇਰਦੇ ਹੋਏ ਕਈ ਟਵੀਟ ਕੀਤੇ ਹਨ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਸਿੱਧੂ ਮਹਿੰਗੀ ਬਿਜਲੀ ਦੇ ਮੁੱਦੇ ਤੇ ਆਪਣੀ ਸਰਕਾਰ ਨੂੰ ਘੇਰ ਰਹੇ ਹਨ ਦੂਜੇ ਪਾਸੇ ਉਹਨਾਂ ਨੇ ਆਪਣੀ ਕੋਠੀ ਦੇ 8.67 ਲੱਖ ਰੁਪਏ ਦਾ ਬਿਜਲੀ ਦਾ ਬਿੱਲ ਹਾਲੇ ਤੱਕ ਨਹੀਂ ਤਿਆਰਿਆ 2 ਜੁਲਾਈ ਨੂੰ ਇਸ ਦੀ ਆਖਰੀ ਤਾਰੀਖ ਸੀ ਵਿਭਾਗ ਰਿਕਾਰਡ ਮੁਤਾਬਿਕ ਸਿੱਧੂ ਡਿਫਾਲਟਰ ਚੱਲ ਰਹੇ ਹਨ मुताबिक मुताब्रह अगस्त सॉरी पंधरा दिसंबर दो हजार वीन सिद्धू न एक लख अठवंजा हजार सात रुपये बिल 18 सोळं लख पचवंजा हजार आठ सो अशी रुपये अठारा फरवरी एक लाख इकतर हजार अठ सत्तर लख हजार रुपये एना बिल आया ਵਿਪਾਗ ਮੁਤਾਬਕ ਸਿੱਧੂ ਨੇ ਮਾਰਚ ਮਹੀਨੇ ਦਾ ਬਿੱਲ ਜਾਰੀ ਹੋਣ ਮਗਰੋਂ 10 ਲੱਖ ਰੁਪਏ ਦਾ ਬਿੱਲ ਜਮ੍ਹਾਂ ਕਰਵਾਉਣਾ ਹੈ ਫਿਰ 2 April ਨੂੰ 77 ਲੱਖ 99310 ਰੁਪਏ ਦਾ ਬਿੱਲ 22 June ਨੂੰ 86000 7540 ਰੁਪਏ ਦਾ ਬਿੱਲ ਜਾਰੀ ਹੋਇਆ ਇਸ ਦੇ ਭੁਗਤਾਨ ਦੀ ਆਖਰੀ ਤਾਰੀਖ 2 July ਸੀ ਜਦ ਕਿ ਸ਼ਾਮ ਤੱਕ ਬਿੱਲ ਆਦਾ ਨਹੀਂ ਹੋਇਆ ਸਿੱਧੂ ਦੇ ਘਰ ਉਹਨਾਂ ਦੇ ਨਾਂ ਦਾ ਖਾਤਾ ਨੰਬਰ 32908 209 ਤੇ ਚੱਲ ਰਿਹਾ ਹੈ ਦਾ ਕਨੈਕਸ਼ਨ 40 ਤੋਂ 50 ਕਿਲੋਵਾਟ ਦੇ ਕਰੀਬ ਹੈ ਮੀਡੀਅਮ ਸਪਲਾਈ ਦਿੱਤਾ ਉਹਨਾਂ ਦੇ ਘਰ ਵਿੱਚ ਲੱਗੇ 3 ਫੇਸ ਮੀਟਰ ਦੀ ਰੀਡਿੰਗ ਲਾਲਨੀਜੀ ਕੰਪਨੀ ਦਾ ਮੀਟਰ ਰੀਡਰ ਨਹੀਂ ਜਾਂਦਾ ਵਿਭਾਗ ਦਾ ਜੂਨੀਅਰ ਇੰਜੀਨੀਅਰ ਜਾਂ ਸਬਡਿਵੀਜ਼ਨ ਅਫਸਰ ਖੁਦ ਮੀਟਰ ਰਾਈਡਿੰਗ ਲਈ ਜਾਂਦਾ ਹੈ ਬੰਦੀ ਕਾਰਵਾਈ ਕਰੇਗਾ ਚੀਫ ਇੰਜੀਨੀਅਰ ਪਾਵਰਕਾਮ ਦੇ ਚੀਫ ਇੰਜੀਨੀਅਰ ਦਖਤਰ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਜ਼ਿੰਮੇਵਾਰ ਨਾਗਰਿਕ ਖੰਦ ਦੀ ਓਰਨਾ ਦਾ 8.5 ਲੱਖ ਤੋਂ ਵੱਧ ਦੇ ਬਕਾਇਆ ਹੈ ਬਿੱਲ ਦਾ ਭੁਗਤਾਨ ਸਮਾਂ ਰੈਂਡਿਆ ਕਰਨਾ ਜ਼ਰੂਰੀ ਹੁੰਦਾ ਇਸ ਮਾਮਲੇ ਵਿੱਚ ਬਨ ਨੂੰ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਖਬਰ ਨੂੰ ਲਾ